ਕਰਦੇ ਨੇ ਕੋਈ ਤਾਂ ਸਾਨੂੰ ਸ਼ਾਇਦ ਹਾਂਜੀ ਸਰ ਅਸੀਂ ਬੇਨਤੀ ਚਾਹੁੰਦੇ ਹਾਂ ਜੀ ਤੁਸੀਂ ਦੋ ਚਾਰ ਮਿੰਟ ਲਾ ਕੇ ਸੁਨੀਲ ਸਾਹਿਬ ਨਾਲ ਜੇ ਉਹਨਾਂ ਦੇ ਓਆਰਸੀ ਐਂਟੀ ਵੀ ਹੈਗੇ ਨੇ ਉਹਨਾਂ ਕੋਲ ਜੇ ਨੰਬਰ ਅਸੀਂ ਪ੍ਰੋਵਾਈਡ ਕਰ ਦਿੰਦੇ ਸੁਨੀਲ ਸੰਧੂ ਜੀ ਦਾ ਨੰਬਰ ਪ੍ਰੋਵਾਈਡ ਕਰ ਦਿੰਦੇ ਸਰ ਅਸੀਂ ਤਾਂ ਦੇਖੋ ਸਰ ਅਸੀਂ ਤਾਂ ਜਾ ਚੁੱਕੇ ਹੋਏ ਹਾਂ ਜੇ ਸਾਡੇ ਵਿਧਾਇਕ ਹੋਣ ਸੀ ਸਾਨੂੰ ਵੋਟਾਂ ਦੇ ਦੇਣ ਲਈ ਆਏ ਹਾਂਜੀ ਸਰ ਅਸੀਂ ਤਾਂ ਲੋਹੜੀ ਮੰਗਣ ਆਏ ਹਾਂ ਤੁਹਾਡੇ ਕੋਲ ਸਾਡੀ ਚੋਰੀ ਮੀਟਿੰਗ ਦਾ ਸਮਾਂ ਪਾਓ ਮੀਟਿੰਗ ਦਾ ਸਮਾਂ ਮੰਗਣ ਆਏ ਹਾਂ ਤੁਹਾਡੇ ਕੋਲ ਚੋਰੀ ਮੀਟਿੰਗ ਦਾ ਸਮਾਂ ਪਾਓ ਅਸੀਂ ਤਾਂ ਤੁਹਾਡੇ ਕੋਲ ਚੋਰੀ ਕਰਕੇ ਖੜੇ ਹਾਂ ਜੀ ਨਹੀਂ ਸਰ ਮੂੰਗਫਲੀ ਤਾਂ ਦੇਖੋ ਸਰ ਸਰ ਸਾਨੂੰ ਤਾਂ ਸਰ ਨੇ ਕਿਹਾ ਵੀ ਅਸੀਂ ਤਾਂ ਰੁਕ ਜਾਓ ਤੁਸੀਂ ਅੱਗੇ ਨਹੀਂ ਜਾਣਾ ਅਸੀਂ ਇੱਥੇ ਰੁਕ ਗਏ ਸਾਨੂੰ ਜੇ ਕਹਿੰਦੇ ਤੁਹਾਡੇ ਘਰ ਤੱਕ ਸਰ ਅਸੀਂ ਘਰ ਤੱਕ ਚਲੇ ਜਾਂਦੇ ਅਸੀਂ ਤਾਂ ਚੱਲ ਪਏ ਹੋਏ ਹਾਂ ਸਰ ਮੈਂ ਤਾਂ ਕਹਿ ਰਿਹਾ ਜੀ ਅਸੀਂ ਤੁਹਾਡੇ ਹੀ ਭਾਈ ਭੈਣ ਆ ਤੁਹਾਡੇ ਹੀ ਸਾਥੀ ਸਾਡੇ ਨਾਲ ਜੋਬ ਕਰ ਰਹੇ ਨੇ ਪਰ ਪ੍ਰੋਬਲਮ ਇਹ ਹੈਗੀ ਹੈ ਵੀ ਸਾਡੀ ਕੌਣ ਗੱਲ ਕੌਣ ਸੁਣੂਗਾ ਸਾਨੂੰ ਸਰ ਕਹਿਣ ਦੀ ਸ਼ਰਮ ਹੀ ਹੈਗੀ ਸਾਨੂੰ ਹਰ ਇੱਕ ਬੰਦਾ ਬੇਵਸ ਨਜ਼ਰ ਆ ਰਿਹਾ ਕਾਂਗਰਸ ਦਾ ਚਾਹੇ ਉਹ ਵਿਧਾਇਕ ਨੇ ਚਾਹੇ ਉਹ ਕੈਬਨਿਟ ਮਿਨਿਸਟਰ ਨੇ ਜਿਹਦੇ ਕੋਲ ਵੀ ਜਾਂਦੇ ਹਾਂ ਉਹ ਸਿਰਫ ਇਹ ਕਹਿੰਦੇ ਨੇ ਜੀ ਕਰਵਾ ਦਾਂਗੇ ਪਰ 10 ਮਹੀਨੇ ਸਰ ਇੱਕ ਮੀਟਿੰਗ ਨਾ ਹੋਣਾ ਇਹ ਕਿੰਨਾ ਕੁ ਜਾਇਜ਼ ਕਰ ਤੁਸੀਂ ਆਪਸ ਅਸੀਂ ਅੱਜ ਬੇਨਤੀ ਕਰਦੇ ਹਾਂ ਤੁਹਾਨੂੰ ਸਾਨੂੰ ਨਜ਼ਰ ਆ ਰਿਹਾ ਵੀ ਸ਼ਾਇਦ ਹਾਲੇ ਮੀਟਿੰਗ 'ਤੇ ਕੋਈ ਚਾਂਸ ਹੈ ਨਹੀਂ ਗੇ ਅਤੇ 24 ਤਰੀਕ ਨੂੰ ਅਸੀਂ ਕੇਕ ਕੱਟਾਂਗੇ ਜੀ ਕੈਪਟਨ ਸਾਹਿਬ